ਹੁਣ ਜਿਹੜਾ ਪਥਰਾਅ ਹੋਇਆ ਉਸ ਪਥਰਾਅ ਵਿੱਚ ਵੀ ਤਾਂ ਗੱਲ ਆਈ ਹੈ ਨਾ ਕਿ ਇਹ ਏਜੰਸੀਆਂ ਦੇ ਬੰਦੇ ਸੀ ਜੀ, ਇਹ ਪ੍ਰੀ ਪਲੈਨ ਹੋਇਆ, ਇਹ ਝਪਟ ਕੋਈ ਇਤਫਾਕਨ ਨਹੀਂ, ਇਹ ਕਿਸੇ ਛੋਟੇ ਝਗੜੇ ਚੋਂ ਨਹੀਂ ਨਿਕਲੀ। ਸਾਨੂੰ ਬੈਰੀਗੇਟ ਉੱਥੋਂ ਖਿੱਚ ਕੇ, ਯੂਡੀ ਚੋਂ ਖਿੱਚ ਕੇ ਮੋਹਾਲੀ ਲਿਆਉਣ ਦੇ ਲਈ ਮਜਬੂਰ ਕੀਤਾ ਗਿਆ। ਉਹ ਕਹਿੰਦੇ ਸੀ ਕਿ ਤੁਹਾਡੇ ਉੱਤੇ ਜੋ ਕੁਝ ਹੋ ਰਿਹਾ ਸਾਡੇ ਤੋਂ ਉਹ ਨਹੀਂ ਜਰਿਆ ਜਾ ਰਿਹਾ। ਆਮ ਰੇਟਾਂ ਦਾ ਵਿਰੋਧ ਕਰ ਰਹੇ ਨੇ ਜਿਹੜੇ ਸ਼ਾਂਤਮਈ ਤਰੀਕੇ ਨੂੰ ਸਹੀ ਨਹੀਂ ਮੰਨਦੇ, ਉਹਦੇ ਵਿੱਚੋਂ ਬਬਰ ਅਕਾਲੀ ਦਲ ਨਿਕਲਦਾ ਜੀ। ਡੇਢ ਕੁ ਸਾਲ, ਦੋ ਕੁ ਸਾਲ ਉਹ ਸਰਗਰਮ ਰਹਿੰਦਾ, ਉਹਦੀ ਜਿਹੜੀ ਇੱਕ ਖੇਤਰ ਹੈ ਉਹ ਦਬਾਬਾ ਹੀ ਰਹਿੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ, ਮੈਂ ਹਾਂ ਗੁਰਸੇਖ ਫਤਿਹ। ਪ੍ਰੋਗਰਾਮ ਦ੍ਰਿਸ਼ਟੀਕੋਣ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ। ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੀ ਸਾਂਝ ਪਵਾਈ ਦੀ ਜੀ ਬਹੁਤ ਸਾਰੇ ਸਿਆਸੀ, ਧਾਰਮਿਕ ਅਹਿਮ ਮੁੱਦਿਆਂ ਦੇ ਨਾਲ ਜਾਂ ਹਰ ਰੋਜ਼ ਦੀਆਂ ਅਪਡੇਟਸ ਤੁਹਾਡੇ ਤੱਕ ਲੈ ਕੇ ਆਈਦੀਆਂ ਨੇ। ਮੇਰੇ ਨਾਲ ਹੁੰਦੇ ਨੇ ਜਸਵਿੰਦਰ ਯਾਦ, ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ ਹਾਂ, ਫਿਰ ਵਿਚਾਰ ਚਰਚਾ ਸ਼ੁਰੂ ਕਰਦੇ ਹਾਂ। ਜਸਵਿੰਦਰ ਜੀ, ਜੀ ਆਇਆਂ ਨੂੰ ਜੀ ਸ਼ੁਕਰੀਆ। ਕੱਲ੍ਹ ਜੋ ਚੰਡੀਗੜ੍ਹ ਮੋਹਾਲੀ ਜਿਹੜਾ ਮੋਰਚਾ ਚੱਲ ਰਿਹਾ ਜੀ, ਕੌਮੀ ਇਨਸਾਫ ਮੋਰਚਾ, ਉਹਦੇ ਵਿੱਚ ਜੋ ਟਕਰਾਅ ਬਣਿਆ ਜੀ, ਇੱਕ ਪਾਸੇ ਤਲਵਾਰਾਂ ਲਹਿਰਾਈਆਂ ਗਈਆਂ, ਦੂਜੇ ਪਾਸੇ ਪਾਣੀ ਦੀਆਂ ਵਿਛਾੜਾਂ ਅਤੇ ਲਾਠੀ ਚਾਰਜ ਹੋਇਆ, ਇਹ ਸਾਰੇ ਦਾ ਸਾਰਾ ਮਾਮਲਾ ਕੀ ਬਣਿਆ ਜੀ? ਇਸ ਮਾਮਲੇ ਵੱਲ ਜਾਣ ਤੋਂ ਪਹਿਲਾਂ ਕਦੇ ਕਦੇ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਹਾਂ ਕਿ ਇੱਕ ਗੱਲ ਤਾਂ ਬੜੇ ਗੌਰ ਦੇ ਨਾਲ ਪੰਜਾਬੀਆਂ ਨੂੰ ਜਾਂ ਕਹਿ ਲਈਏ ਕਿ ਇਸ ਸਿੱਖ ਕੌਮ ਨੂੰ ਸੋਚਣੀ ਵਿਚਾਰਨੀ ਪਊਗੀ ਜੀ। ਪੰਜਾਬ ਇੱਕ ਇੱਦਾਂ ਦਾ ਸੂਬਾ ਹੈ ਜਿਹੜਾ ਆਪਣੀ ਰਾਜਧਾਨੀ ਦੇ ਵਿੱਚ ਰੋਸ ਪ੍ਰਦਰਸ਼ਨ ਨਹੀਂ ਕਰ ਸਕਦਾ। ਜਦੋਂ ਰਾਜਧਾਨੀ ਦੀ ਗੱਲ ਆਉਂਦੀ ਹੈ ਤਾਂ ਉਹਨੂੰ ਯੂਟੀ 'ਚ ਕੰਸੀਡਰ ਕਰ ਲੈਂਦੇ ਨੇ, ਉੱਥੇ ਪ੍ਰਸ਼ਾਸਨ ਬਦਲ ਜਾਂਦਾ ਹੈ, ਉੱਥੇ ਐਂਟਰੀ ਬੈਨ ਹੋ ਜਾਂਦੀ ਹੈ, ਸਾਨੂੰ ਮੋਹਾਲੀ ਤੀਕਰ ਸੀਮਿਤ ਕਰ ਦਿੱਤਾ ਜਾਂਦਾ ਹੈ ਜੀ। ਸਿਆਸਤ ਇਹਦੇ ਉੱਤੇ ਸਿਆਸਤ ਹੀ ਕਰਦੀ ਰਹੀ, ਸਿਆਸਤ ਨੇ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਸ਼ਬਦ ਵਰਤਿਆ ਸਿਆਸਤ, ਚਾਹੇ ਉਹ ਅਕਾਲੀ ਦਲ ਨੇ ਕੀਤੀ, ਚਾਹੇ ਕਾਂਗਰਸ ਨੇ ਕੀਤੀ, ਅਤੇ ਚਾਹੇ ਕਿਸੇ ਦੂਜੀ ਤੀਜੀ ਧਿਰ ਨੇ ਕੀਤੀ, ਜਾਂ ਫਿਰ ਅਸੀਂ ਅੱਜ ਵਾਲੀ ਸਰਕਾਰ ਨੂੰ ਵੀ ਇਹਦੇ ਵਿੱਚ ਰੱਖ ਸਕਦੇ ਹਾਂ ਜੀ। ਹੁਣ ਤੀਕਰ ਪਾਣੀਆਂ ਦੇ ਉੱਤੇ, ਪੰਜਾਬੀ ਬੋਲਦੇ ਸੂਬਿਆਂ ਦੇ ਉੱਤੇ, ਚੰਡੀਗੜ੍ਹ ਦੇ ਉੱਤੇ ਕਿਸ ਤਰੀਕੇ ਦਾ ਸਟੈਂਡ ਰਿਹਾ ਅਸੀਂ ਸਾਰੇ ਹੀ ਜਾਣਦੇ ਹਾਂ। ਪਰ ਇੱਕ ਪਰਸਨ ਨੂੰ, ਇੱਕ ਵਿਅਕਤੀ ਨੂੰ ਜੇਕਰ ਛੱਡ ਦਿੱਤਾ ਜਾਵੇ, ਉਹਨਾਂ ਦਾ ਯੋਗਦਾਨ ਬਹੁਤ ਵੱਡਾ ਰਿਹਾ। ਅਨੰਦਪੁਰ ਸੀਟ ਦੇ ਉੱਤੋਂ ਮਨੀਸ਼ ਤਿਵਾੜੀ MP ਨੇ ਕਾਂਗਰਸ ਦੀ ਤਰਫ ਤੋਂ ਜੀ, ਉਹਨਾਂ ਦੇ ਪਿਤਾ ਜੀ ਗੱਲ ਦੇ ਵਿੱਚ ਟੇਪ ਰਿਕਾਰਡ ਪਾ ਕੇ ਪੂਰੇ ਚੰਡੀਗੜ੍ਹ ਦੇ ਵਿੱਚ ਘੁੰਮਦੇ ਨੇ ਅਤੇ ਹਰ ਇੱਕ ਦੇ ਨਾਲ ਬੂਹੇ 'ਤੇ ਜਾ ਕੇ ਗੱਲਾਂ ਕਰਦੇ ਨੇ ਅਤੇ ਉਹ ਰਿਕਾਰਡ ਆਵਾਜ਼ ਦੇ ਆਧਾਰ ਦੇ ਉੱਤੇ ਇੱਕ ਸਰਵੇ ਦਿੰਦੇ ਨੇ। ਉਹ ਕਹਿੰਦੇ ਨੇ ਕਿ ਇੱਥੇ 60% ਤੋਂ ਉੱਪਰ ਜਿਹੜੇ ਰਹਿੰਦੇ ਲੋਕ ਨੇ ਉਹ ਪੰਜਾਬੀ ਬੋਲਦੇ ਨੇ ਜੀ, ਕਿਉਂ ਨਾ ਇਹ ਪੰਜਾਬ ਨੂੰ ਦੇ ਦਿੱਤਾ ਜਾਵੇ। ਕੱਲ੍ਹ ਜੋ ਕੁਝ ਵਾਪਰਿਆ ਉਹ ਵੀ ਇਸੇ ਦਾ ਹੀ ਇੱਕ ਨਤੀਜਾ ਹੈ। ਜੇਕਰ ਇਹ UT ਨਾ ਹੁੰਦਾ ਜਾਂ UT ਦਾ ਪ੍ਰਸ਼ਾਸਨ ਨਾ ਹੁੰਦਾ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਅਸੀਂ ਗੱਲ ਰੱਖਣ ਜਾ ਰਹੇ ਸੀ ਉਹ ਰੱਖੀ ਜਾ ਸਕਦੀ ਸੀ। ਕੇਂਦਰ ਨੂੰ ਪੰਜਾਬ ਦੇ ਨਾਲ ਕਿਸੇ ਤਰੀਕੇ ਦੀ ਟੱਕਰ ਲੈਣ ਦੇ ਨਾਲ ਜੀ, ਕਿਸੇ ਤਰੀਕੇ ਦਾ ਵਿਰੋਧ ਕਰਨ ਦੇ ਲਈ ਦਿੱਲੀ ਤੋਂ ਕੁਝ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਉਹਨਾਂ ਕੋਲ ਰਸਤੇ ਦੇ ਵਿੱਚ ਚੰਡੀਗੜ੍ਹ ਹੈਗਾ ਜਿੱਥੋਂ ਉਹ ਆਪਣੀਆਂ ਕਾਰਵਾਈਆਂ ਨੂੰ ਜਿਉਂ ਦੀ ਤਿਉਂ ਰੱਖ ਸਕਦੇ ਨੇ। ਦੂਸਰੇ ਜਿਹੜੇ ਸਟੇਟ ਨੇ ਨਾ, ਉਹ ਇੱਕ ਗੱਲ ਦਾ ਰੌਲਾ ਪਾਉਂਦੇ ਨੇ ਕਿ ਸਾਨੂੰ ਇੱਥੇ ਰਾਜਪਾਲ ਦੁਆਰਾ ਬਹੁਤ ਜ਼ਿਆਦਾ ਖੱਜਲ ਖੁਆਰ ਕੀਤਾ ਜਾਂਦਾ ਹੈ ਜੀ, ਇੰਟਰਫੇਰੈਂਸ ਜਿਹੜੀ ਹੁੰਦੀ ਹੈ ਉਹ ਹਰ ਵਕਤ ਸਰਕਾਰ ਦੇ ਕੰਮਾਂ ਵਿੱਚ ਹੁੰਦੀ ਹੈ। ਪਰ ਗੁਰਸੇਵਕ, ਅਸੀਂ ਰਾਜਪਾਲ ਨੂੰ ਇੱਕ ਵਾਰੀ ਪਾਸੇ ਰੱਖ ਦਈਏ, ਅਸੀਂ ਤਾਂ ਸਿੱਧੇ ਹੀ ਚੰਡੀਗੜ੍ਹ ਦੇ ਟੱਚ ਵਿੱਚ ਆ ਜਾਂਦੇ ਹਾਂ, ਸਾਡਾ ਤਾਂ ਦਿਖਾਂਤ ਹੋਰ ਸਟੇਟਾਂ ਤੋਂ ਵੱਡਾ ਹੈ। ਬੇਸ਼ੱਕ ਚੰਡੀਗੜ੍ਹ ਦੇ ਵਿੱਚ ਜੀ ਹਰ ਇੱਕ ਪੰਜਾਬੀ ਆਉਂਦਾ ਜਾਂਦਾ, ਤੁਰਦਾ ਫਿਰਦਾ ਰਹਿੰਦਾ, ਪਰ ਜਦੋਂ ਕਿਤੇ ਅਸੀਂ ਆਪਣੇ ਮੁੱਖ ਮੰਤਰੀ ਕੋਲ ਵੀ ਜਾਣਾ ਹੁੰਦਾ ਜਾਂ ਆਪਣੀ ਕੋਈ ਗੱਲ ਰੱਖਣੀ ਹੁੰਦੀ ਹੈ ਤਾਂ ਉਦੋਂ ਸਾਡੇ ਕੋਲ ਆਪਣੇਪਣ ਦਾ ਜਿਹੜਾ ਉਹ ਅਹਿਸਾਸ ਹੁੰਦਾ ਉਹ ਨਹੀਂ ਹੁੰਦਾ। ਬਿਲਕੁਲ, ਸਾਨੂੰ ਇਹ ਹੁੰਦਾ ਕਿ ਅਸੀਂ ਹੁਣ ਆਪਣੀ ਸਟੇਟ ਤੋਂ ਬਾਹਰ ਕਦਮ ਰੱਖ ਰਹੇ ਹਾਂ। ਰਾਜਧਾਨੀ ਵਿੱਚ ਤੁਸੀਂ ਪ੍ਰੋਟੈਸਟ ਨਹੀਂ ਕਰ ਪਾ ਰਹੇ, ਆਪਣੀ ਗੱਲ ਰੱਖਣ ਦੇ ਵਿੱਚ ਤੁਸੀਂ ਉੱਥੇ ਵੀ ਇੱਕ ਡਰੂ ਵਰਗਾ ਮਾਹੌਲ ਤੁਹਾਡੇ ਮਨ ਦੇ ਵਿੱਚ ਹੁੰਦਾ ਹੈ। ਪਰ ਦੂਸਰੀ ਗੱਲ ਜਿਹੜੀ ਵੇਖਣ ਵਾਲੀ ਹੈ ਕਿ ਕਿਸਾਨੀ ਅੰਦੋਲਨ ਹੋਇਆ ਜੀ, ਪੰਜਾਬ ਦੇ ਵਿੱਚ DC ਦਫ਼ਤਰਾਂ ਦਾ ਘਿਰਾਓ ਵੀ ਹੋਇਆ, ਰੇਲਵੇ ਟਰੈਕ ਵੀ ਰੋਕੇ ਗਏ, ਪ੍ਰਾਈਵੇਟ ਸੈਕਟਰ ਦੇ ਵੱਡੇ ਅਦਾਰੇ ਵੀ ਰੋਕੇ ਗਏ। ਇਸ ਤਰੀਕੇ ਦੀ ਝਪਟ ਨਹੀਂ ਹੋਈ, ਉਹ ਉਦੋਂ ਹੋਈ ਜਦੋਂ ਅਸੀਂ ਦਿੱਲੀ ਨੂੰ ਜਾ ਰਹੇ ਸੀ ਅਤੇ ਬੈਰੀਗੇਟਸ ਲੱਗੇ ਸੀ। ਹੁਣ ਕੀ ਮੰਨੀਏ ਕਿ ਦਿੱਲੀ ਵਾਲੇ ਚੰਡੀਗੜ੍ਹ ਦੇ ਵਿੱਚ ਵੀ ਪੰਜਾਬੀਆਂ ਦੇ ਨਾਲ ਦਿੱਲੀ ਵਰਗਾ ਵਿਵਹਾਰ ਕਰਨ ਦੀ ਸੋਚ ਰਹੇ ਜੀ?
ਇਹਦੇ ਹੋਰ ਬੜੇ ਪੱਖ ਨੇ ਗੁਰਸੇਵਕ, ਮੈਂ ਉਹਨਾਂ ਪੱਖਾਂ 'ਤੇ ਵੀ ਆਊਂਗਾ, ਗਰਮਜੋਸ਼ੀ ਨਾਲ ਆਪਾਂ ਗੱਲ ਉਹਦੇ 'ਤੇ ਵੀ ਕਰਾਂਗੇ, ਪਰ ਸਭ ਤੋਂ ਪਹਿਲਾਂ ਤਾਂ ਬੁਨਿਆਦੀ ਮਸਲੇ ਦੀ ਗੱਲ ਕਿਉਂ ਨਾ ਕੀਤੀ ਜਾਵੇ ਜੀ। ਮਸਲਾ ਕੱਲ੍ਹ ਜਿਹੜਾ ਵਾਪਰਿਆ ਕਿ 31 ਵਿਅਕਤੀਆਂ ਦਾ ਇੱਕ ਜਥਾ ਕਹਿ ਲਓ, ਵਫਦ ਕਹਿ ਲਓ, 31 ਮੈਂਬਰ ਕਹਿ ਲਓ, ਉਹ ਸੀਐਮ ਹਾਊਸ ਦੇ ਅੱਗੇ ਜਾਂਦੇ ਨੇ, ਕੀਰਤਨ ਕਰਦੇ ਨੇ, ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਰੋਸ ਜਤਾਉਂਦੇ ਨੇ, ਅਤੇ ਉਹਨਾਂ ਨੂੰ ਉੱਥੋਂ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਹੈ ਜੀ, ਚਾਹੇ ਬਾਅਦ ਵਿੱਚ ਰਿਹਾਅ ਕੀਤਾ ਜਾਂਦਾ ਹੈ। ਇਹ ਵਰਤਾਰਾ ਚੱਲਦਾ ਆਇਆ, ਪਰ ਕੱਲ੍ਹ ਜਦੋਂ ਇਹ ਵਰਤਾਰਾ ਵਾਪਰਨ ਲੱਗਿਆ ਤਾਂ ਇਹ ਜਿਹੜੇ ਅੰਦੋਲਨਕਾਰੀ ਨੇ, ਸਾਡੇ ਸਿੱਖ ਵੀਰ ਨੇ, ਉਹ ਕਹਿ ਰਹੇ ਨੇ ਕਿ ਸਾਈਡ ਤੋਂ ਸਾਡੇ 'ਤੇ ਪਥਰਾ ਹੋਇਆ ਹੈ, ਅਸੀਂ ਕਿਸੇ ਤਰੀਕੇ ਦੀ ਕੋਈ ਵੀ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕੀਤੀ, ਅਸੀਂ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਸੀ, ਸਾਈਡ ਤੋਂ ਸਾਡੇ 'ਤੇ ਪਥਰਾ ਹੋਇਆ, ਇਹ ਕਿਸੇ ਏਜੰਸੀਆਂ ਨੇ ਕਰਵਾਇਆ, ਇਹ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਹੋਇਆ, ਅਸੀਂ ਉਹਦੀ ਜਵਾਬੀ ਕਾਰਵਾਈ ਕੀਤੀ ਹੈ ਜੀ। ਉਹਨਾਂ ਨੇ ਜਦੋਂ 31 ਜਣਿਆਂ ਨੇ ਪਿੱਛੇ ਕੌਲ ਦਿੱਤੀ ਹੈ ਧਰਨੇ ਵਾਲੀ ਥਾਂ ਦੇ ਉੱਤੇ, ਉੱਥੋਂ ਹਜੂਮ ਗਿਆ ਜੀ, ਫਿਰ ਟਰੈਕਟਰ ਵੀ ਗਏ ਨੇ, ਨੰਗੀਆਂ ਕਿਰਪਾਨਾਂ ਵੀ ਗਈਆਂ ਨੇ, ਘੋੜੇ ਵੀ ਗਏ ਹੈ, ਅਤੇ ਝੱਟ ਜਿਹੜੀ ਤਕੜੀ ਹੋਈ ਹੈ। ਡੀ ਜੀ ਪੀ ਸਾਹਿਬ ਕਹਿੰਦੇ ਨੇ ਕਿ 35 ਸਾਡੇ ਮੁਲਾਜ਼ਮ ਜਿਹੜੇ ਨੇ ਇਸ ਝੱਟ ਦੇ ਵਿੱਚ ਜ਼ਖਮੀ ਹੋਏ ਨੇ, 13-14 ਤਾਂ ਬਹੁਤ ਜ਼ਿਆਦਾ ਨੇ ਜੀ, 7 ਇਹਦੇ ਵਿੱਚ ਮਹਿਲਾਵਾਂ ਵੀ ਨੇ। ਇਹ ਝੱਟ ਦੇ ਵਿੱਚੋਂ ਨਿਕਲ ਕੇ ਕੀ ਆ ਰਿਹਾ ਹੈ? ਨਿਕਲ ਕੇ ਇਹ ਆ ਰਿਹਾ ਹੈ ਕਿ ਇੱਕ ਪਾਸੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਨਹੀਂ ਰੱਖ ਪਾ ਰਹੇ, ਦੂਸਰੇ ਤਰੀਕੇ ਦੇ ਨਾਲ ਜਿਹੜੀ ਕੌਲ ਦਿੱਤੀ ਜਾ ਰਹੀ ਹੈ ਉਹ ਕੌਲ ਵੀ ਇਸ ਤਰੀਕੇ ਦੀ ਨਹੀਂ ਕਿ ਉਹਦੇ ਵਿੱਚ ਕੰਟਰੋਲ ਪੂਰਾ ਹੋਵੇ। ਮੈਂ ਦਿੱਲੀ ਦੇ ਨਾਲ ਕੰਪੈਰੀਜ਼ਨ ਵਿੱਚ ਤਾਂ ਗੱਲ ਕਰ ਰਿਹਾ ਕਿਉਂਕਿ ਜਦੋਂ ਅਸੀਂ ਯੂਟੀ 'ਚ ਇੰਟਰ ਹੁੰਦੇ ਹਾਂ ਤਾਂ ਅਸੀਂ ਕੇਂਦਰ ਦੇ ਵਿੱਚ ਹੀ ਇੰਟਰ ਹੋ ਜਾਂਦੇ ਹਾਂ। ਅਸੀਂ ਉੱਥੇ ਜਾ ਕੇ ਜਦੋਂ ਲੋਕ ਸਭਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਕਹਿ ਲਓ ਸੰਸਦ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ, ਉਸ ਵਕਤ ਇੱਦਾਂ ਦਾ ਨਹੀਂ ਵਾਪਰਿਆ ਸੀ ਜੀ। ਹਾਂ, 26 ਜਨਵਰੀ ਨੂੰ ਜ਼ਰੂਰ ਇੱਦਾਂ ਦਾ ਕੁਝ ਵਾਪਰਿਆ ਸੀ, ਇੱਕ ਵੱਡੇ ਹਜੂਮ ਦੇ ਵਿੱਚ, ਜਾਂ ਕਹਿ ਲਈਏ ਕਿ ਇੱਕ ਪਲੈਨ ਦੇ ਤਹਿਤ। ਉਹਦੇ ਬਹੁਤ ਪੱਖ ਨੇ, ਹਰ ਪੱਖ 'ਤੇ ਗੱਲ ਇੱਥੇ ਕੀਤੀ ਨਹੀਂ ਜਾ ਸਕਦੀ, ਪਰ ਉਦੋਂ ਵਾਪਰਿਆ। ਕੱਲ੍ਹ ਜੋ ਵਾਪਰਿਆ ਉਹਦੇ ਉੱਤੇ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਜੀ, ਅਤੇ ਦੂਸਰੇ ਪਾਸੇ ਧਰਨਾਕਾਰੀ ਜਿਹੜੇ ਹੈਗੇ ਨੇ, ਸਿੱਖ ਬੰਦੀਆਂ ਦੀ ਰਿਹਾਈ ਦੇ ਲਈ ਉੱਥੇ ਡਟੇ ਹੋਏ ਨੇ, ਉਹ ਆਪਣਾ ਪੱਖ ਰੱਖ ਰਹੇ ਨੇ। ਮੈਂ ਕਿਸੇ ਦੇ ਪੱਖ ਦੀ ਹਮਾਇਤ ਨਹੀਂ ਕਰਦਾ, ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਇੱਥੇ ਕਹਿ ਦੇਵਾਂ, ਸਾਨੂੰ ਸੁਣਨ ਵਾਲੇ ਅਫਸਰ ਵੀਰ ਵੀ ਹੋਣਗੇ, ਸਾਨੂੰ ਸੁਣਨ ਵਾਲੇ ਲੀਡਰ ਵੀਰ ਵੀ ਹੋਣਗੇ, ਅਤੇ ਸਾਨੂੰ ਸੁਣਨ ਵਾਲੀ ਸਿੱਖ ਸੰਗਤ ਵੀ ਹੋਊਗੀ ਜੀ। ਪੱਤਰਕਾਰ ਦੇ ਉੱਤੇ ਜਿੰਨਾ ਇੱਕ ਦਬਾਅ ਸਰਕਾਰੀ ਧਿਰ ਦਾ ਜਾਂ ਰਾਜਨੀਤੀ ਦਾ ਜਦੋਂ ਹੁੰਦਾ ਹੈ, ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਗੋਦੀ ਮੀਡੀਆ ਪੁਕਾਰਿਆ ਗਿਆ, ਕਿਉਂਕਿ ਕਹਿੰਦੇ ਉਹ ਰਿਪੋਰਟਿੰਗ ਜਿਹੜੀ ਸੀਗੀ ਉਹ ਵਨ ਸਾਈਡਡ ਕਰਦੇ ਸੀ ਜੀ। ਇੱਕ ਹੋਰ ਐਂਗਲ ਵੀ ਹੈ, ਉਹਦੇ 'ਤੇ ਕੋਈ ਖੁੱਲ੍ਹ ਕੇ ਬੋਲਦਾ ਨਹੀਂ। ਜਦੋਂ ਤੁਸੀਂ ਜਥੇਬੰਦੀਆਂ, ਧਰਨਾਕਾਰੀਆਂ, ਅੰਦੋਲਨਕਾਰੀਆਂ ਦੇ ਖਿਲਾਫ ਤੋਂ ਭਾਵ ਹੈ ਸੱਚਾਈ ਨੂੰ ਜੀ, ਉਹਨਾਂ ਕਮਜ਼ੋਰ ਪੱਖਾਂ ਨੂੰ ਬੁਲੰਦ ਆਵਾਜ਼ ਦਿੰਦੇ ਹੋ ਨਾ, ਅਤੇ ਕਈ ਵਾਰੀ ਉਦੋਂ ਵੀ ਇਹ ਸਵਾਲ ਖੜ੍ਹੇ ਹੁੰਦੇ ਨੇ ਜੀ। ਮੈਂ ਕਹਿੰਦਾ ਕਿ ਪੱਤਰਕਾਰਾਂ ਨੂੰ ਜੇ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਤੋਂ ਅਤੇ ਪ੍ਰਸ਼ਾਸਨ ਤੋਂ ਆਜ਼ਾਦ ਹੋਣਾ ਚਾਹੀਦਾ, ਤੇ ਮੈਂ ਇਹ ਵੀ ਕਹਿੰਦਾ ਕਿ ਜਥੇਬੰਦੀਆਂ ਵੀ ਆਪਣੇ ਪੁੱਤ ਤਾਂ ਸਮਝਣ, ਆਪਣੇ ਭਰਾ ਤਾਂ ਸਮਝਣ, ਪਰ ਉਹ ਇਹ ਚੀਜ਼ ਥੋਪਣ ਨਾ ਕਿ ਉਹ ਕਮਜ਼ੋਰੀਆਂ ਨਸ਼ਰ ਨਾ ਕਰਨ ਜੀ। ਇਹ ਵੀ ਇੱਕ ਤਰੀਕੇ ਦਾ ਸਮਾਜਿਕ ਰੱਖ ਲਓ, ਇੱਕ ਤਰੀਕੇ ਦਾ ਧਾਰਮਿਕ ਰੱਖ ਲਓ, ਇਹ ਵੀ ਇੱਕ ਦਬਾਅ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬਣਦਾ ਤੁਸੀਂ ਪੱਤਰਕਾਰੀ 'ਤੇ ਵੇਖੋਗੇ। ਨੈਸ਼ਨਲ ਮੀਡੀਆ ਦੀ ਪੱਤਰਕਾਰੀ ਜਦੋਂ RSS ਦੇ ਖਿਲਾਫ ਗੱਲ ਕਰਦੀ ਹੈ ਜੀ, ਨੈਸ਼ਨਲ ਮੀਡੀਆ ਦੀ ਪੱਤਰਕਾਰੀ ਜਦੋਂ ਕਿਸੇ ਜਥੇਬੰਦੀ ਦੇ ਖਿਲਾਫ ਗੱਲ ਕਰਦੀ ਹੈ ਤਾਂ ਉੱਥੇ ਕਾਫੀ ਸਵਾਲ ਖੜ੍ਹੇ ਹੁੰਦੇ ਨੇ। ਤੁਸੀਂ ਪੰਜਾਬ ਦੀ ਧਰਤੀ 'ਤੇ ਬੈਠ ਕੇ ਜਦੋਂ ਡੇਰਾਵਾਦ ਦੀ ਗੱਲ ਕਰਦੇ ਹੋ ਤਾਂ ਉਹਨਾਂ ਦਾ IT ਵਿੰਗ ਤੁਹਾਨੂੰ ਕਾਲ ਕਰਕੇ ਪੁੱਛਦਾ ਹੈ ਜੀ ਕਿ ਇਹ ਗੱਲ ਤੁਸੀਂ ਕਿਸ ਸੰਦਰਭ ਵਿੱਚ ਕਹੀ। ਜਦੋਂ ਤੁਸੀਂ ਕਿਸਾਨ ਜਥੇਬੰਦੀਆਂ, ਮੁਲਾਜ਼ਮ ਯੂਨੀਅਨਾਂ ਜਾਂ ਅਸੀਂ ਕਿਸੇ ਧਾਰਮਿਕ ਮਾਮਲੇ ਦੇ ਵਿੱਚ ਰਿਪੋਰਟਿੰਗ ਕਰਦੇ ਹਾਂ, ਇੱਕ ਮਾਨਸਿਕ ਤੌਰ 'ਤੇ ਦਬਾਅ ਲੈ ਕੇ ਪੱਤਰਕਾਰ ਤੁਰਦਾ ਹੈ ਕਿ ਮੈਂ ਇਸ ਸਾਈਡ ਦੇ ਉੱਤੇ ਨਿੱਕਾ ਨਿੱਕਾ ਹੀ ਕੱਤਣਾ ਹੈ, ਮੋਟਾ ਨਹੀਂ ਕੱਤਣਾ। ਪਰ ਕਿਉਂ? ਮੈਂ ਮਾਫ਼ੀ ਮੰਗ ਕੇ ਕਹਿੰਦਾ ਕਿ ਮੇਰੀ ਕੋਸ਼ਿਸ਼ ਹੁੰਦੀ ਹੈ
कि तेरे कोई मर्जी हो। मैं अक्सर कहना हूं कि लाइन पर खड़ के रिपोर्टिंग करो, जेकर सरकार वाला पासा गलत है तो लाइन तो इधर हो जाओ, जे इधरला पासा गलत है तो फिर इधर हो जाओ। तुसी लाइन के उत्ते खड़ के रिपोर्टिंग करनी है, डिसाइड तुसी घटनावां देख के करना है कि असी हुण इहदे ते नुक्ताचीनी किस तरीके की करनी। कौमी इंसाफ मोर्चे ने जिहड़ा जी एक किसानी संघर्ष वाला रूप धारण किया है, उधरों इधर उंगलां कीतियां गईयां प्रशासन वालों ते इन्हां वालों उधर नूं, संचालकां ने प्रैस कॉन्फ्रेंस की जी, की भूमिका रही? सब तो पहली गल तो यह कि संचालकां कोले पूरी पावर हैगी है जी, कि जिहड़ी कमेटी जिहड़े लोग प्रैस दे सन्मुख हुंदे ने बयान जारी करदे ने उहनां नूं फ्री हैंड कीता होया है, कि उहनां नूं भी कुछ फैसले अगों पिछों पुछ के करने पैंदे ने। मैं नहीं कहिंदा कि संचालक किसी नाल राय ना करन, पर मैं ये जरूर कहना कि उन्होंने फैसले आजाद प्रवृत्ति के होने चाहिए आ, आजाद बिरती के होने चाहिए जी। जो तो कल सब कुछ वापर रहा है तो उस वक्त उस सिख संगत को वापस बुलाने के लिए बापू गुरचरण सिंह जेडे हवारा जी के पिता जी ने जी ओ कॉल देंगे ने कि तुसी वापस आ जाओ जी, हवारा जी का यह फरमान आ, यह बेनती आ जी, आपां इस नूं शांति दे नाल चलाउणा है। सब तो पहला सवाल तो यह है कि हवारा जी साढ़े बड़े सत्कारयोग ने, पर फिर भी ये हर वारी जिहड़ा संदेश है जिहड़ी रूपरेखा है वह संचालक कमेटी अलीकण दे विच नाकामयाब रही है जी। मैं इत्थे गल कहूँगा कि लीडरशिप दे कद तो किते वड्डा यह मोर्चा हो गया, यह एक सवाल है जी। दूसरी तो अहम गल इहदे विच काफ़ी धिरां बन गईयां ने, देखो धिरां किसानी अंदोलन विच भी काफ़ी सी, पर एक वक्त वह एक ही एजेंडा लैके चले सी, केंद्र नूं झुकाउणा, काले बिल वापस कराउणे, रद्द कराउणे जी, उहदे विच उहनां नूं सक्सैस भी मिली। पर इत्थे काफ़ी धिरां ने, उहदे विच एक धिर है जिहड़ी वह कहिंदी है कि असीं कोई कामरेट नहीं रहिण देणा जी, ਨਿੰਗ ਜਥੇਬੰਦੀਆਂ ਜਿਹੜੀਆਂ ਉਹ ਗਰਮ ਦਲ ਵਾਲੀ ਭੂਮਿਕਾ ਨਿਭਾ ਰਹੀਆਂ, ਕੁਝ ਕੁ ਜਿਹੜੀ ਸਿੱਖ ਸੰਗਤ ਹੈ ਉਹ ਇੱਥੇ ਸ਼ਾਂਤੀ ਦੇ ਨਾਲ ਇਸ ਮੋਰਚੇ ਨੂੰ ਅੱਗੇ ਤੋਰਨ ਦੀ ਗੱਲ ਕਰ ਰਹੀ ਹੈ ਜੀ। ਤਾਂ ਵੱਖਰੀ ਵੱਖਰੀ ਪ੍ਰਵਿਰਤੀ ਅੱਜ ਵੀ ਇੱਕ ਥਾਂ 'ਤੇ ਬੈਠੀ ਵੱਖਰੀ ਵੱਖਰੀ ਹੈ, ਉਹ ਇੱਕ ਥਾਂ 'ਤੇ ਨਹੀਂ ਸੋਚ ਰਹੇ। ਇਹਦੇ ਵਿੱਚ ਮੈਂ ਗੱਲ ਕਹਿ ਦੇਵਾਂ ਕਿ ਜਦੋਂ ਐਸ ਜੀ ਪੀ ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਜਾਂਦੇ ਨੇ, ਉਹਨਾਂ ਦੇ ਉੱਤੇ ਹਮਲਾ ਹੁੰਦਾ ਹੈ, ਅਸੀਂ ਹਮਲੇ ਦੀ ਨਿੰਦਾ ਕਰਦੇ ਹਾਂ, ਇੱਥੇ ਸਵਾਲ ਵੀ ਇਹੀ ਖੜਾ ਕਰਦੇ ਹਾਂ ਕਿ ਸੰਚਾਲਕ ਕਮੇਟੀ ਨੇ ਉਹਦੇ ਉੱਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਨਹੀਂ। ਉਸ ਤੋਂ ਅੱਗੇ ਆ ਜਾਓ, ਬਲਦੇਵ ਸਿੰਘ ਵਡਾਲਾ ਜੀ ਜਦੋਂ ਬੋਲਦੇ ਨੇ ਤਾਂ ਮੈਕ ਉਹਨਾਂ ਤੋਂ ਫੜ ਲਿਆ ਜਾਂਦਾ, ਇਹ ਵੀ ਇੱਕ ਸਵਾਲ ਹੈ ਕਿ ਸੰਚਾਲਕ ਕਮੇਟੀ ਉਦੋਂ ਕਿੱਥੇ ਸੀ ਜੀ। ਇਸ ਤੋਂ ਅੱਗੇ ਆ ਜਾਓ, ਸੋਨੀਆ ਮਾਨ ਨੂੰ ਜਦੋਂ ਸਰੋਪਾ ਦਿੱਤਾ ਜਾਂਦਾ ਤਾਂ ਕਾਮਰੇਡ ਕਾਮਰੇਡ ਦੇ ਜਿਹੜੇ ਨਾਰੇ ਨੇ ਉਹ ਇਸ ਸਟੇਜ ਤੋਂ ਗੂੰਜਦੇ ਨੇ। ਇਸ ਤੋਂ ਅੱਗੇ ਆ ਜਾਓ, ਮੀਡੀਆ ਦੀ ਇੱਕ ਐਂਕਰ ਔਰਤ ਜਿਹੜੀ ਇੱਕ ਪੱਤਰਕਾਰੀ ਕਰ ਰਹੀ ਸੀ, ਰਿਪੋਰਟਿੰਗ ਕਰ ਰਹੀ ਸੀ, ਉਹਨਾਂ ਨੂੰ ਬੜੀ ਭੱਦੀ ਸ਼ਬਦਾਵਲੀ ਬੋਲੀ ਜਾਂਦੀ ਹੈ। ਜਦੋਂ ਇਹ ਸਾਰਾ ਕੁਝ ਅਸੀਂ ਵੇਖਦੇ ਹਾਂ ਨਾ ਤਾਂ ਉਦੋਂ ਲੱਗਦਾ ਕਿ ਮੰਥਨ ਦੀ ਕਮੀ ਹੈ ਜੀ। ਸੰਚਾਲਕ ਕਮੇਟੀ ਉਸ ਆਜ਼ਾਦੀ ਦੇ ਨਾਲ ਇਸ ਧਰਨੇ ਦਾ ਸੰਚਾਲਨ ਨਹੀਂ ਕਰ ਰਹੀ ਜਿਸ ਦੇ ਨਾਲ ਕਰਨਾ ਚਾਹੀਦਾ, ਇੱਕ ਸੋਚ ਦੇ ਨਾਲ, ਇੱਕ ਦ੍ਰਿਸ਼ਟੀ ਦੇ ਨਾਲ, ਇੱਕ ਟੀਚੇ ਦੇ ਨਾਲ ਹਲੇ ਨਹੀਂ। ਹਲੇ ਸਿਰਫ ਤੇ ਸਿਰਫ ਜਿਹੜਾ ਕੰਮ ਹੈ ਉਹ ਇਕੱਠ 'ਤੇ ਕੀਤਾ ਜਾ ਰਿਹਾ ਹੈ। ਮੈਂ ਇੱਥੇ ਗੱਲ ਇਹ ਵੀ ਕਹਿ ਰਿਹਾ ਕਿ ਸਰਬੱਤ ਖਾਲਸਾ ਚੱਬਾਵਾਲ ਦਾ ਜੀ ਬਹਿਬਲ ਕਲਾਂ ਦਾ ਇੱਕ ਵੱਡਾ ਮੋਰਚਾ ਜਿਹਦੇ ਵਿੱਚ ਦਾਦੂਵਾਲ ਅਤੇ ਇੱਕ ਐਮ ਪੀ ਵੀ ਸੀ, ਉਹਨਾਂ ਨੇ ਇਸ ਚੀਜ਼ ਨੂੰ ਲੀਡ ਕੀਤਾ ਸੀ। ਅਤੇ ਇੱਥੇ ਵੀ ਸੁਣਨ ਵਿੱਚ ਆਉਂਦਾ ਸਾਡੇ ਕਿ ਇੱਥੇ ਵੀ ਕੁਝ ਇਸੇ ਤਰੀਕੇ ਦੇ ਜਾਂ ਕਹਿ ਲਈਏ ਕਿ ਉਸੇ ਮੋਰਚੇ ਦੇ ਨਾਲ ਜੁੜੇ ਵਿਅਕਤੀ ਇਸ ਨੂੰ ਅੱਗੇ ਤੋਰ ਰਹੇ ਨੇ ਜੀ। ਕੁਝ ਚਿਰ ਉਹ ਪਿੱਛੇ ਰਹੇ ਕਿਉਂਕਿ ਚੱਬੇਵਾਲ, ਸਰਬੱਤ ਖਾਲਸਾ, ਇਸ ਤੋਂ ਇਲਾਵਾ ਬਹਿਬਲ ਕਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੁੱਪ ਚਪੀਤ 'ਤੇ ਉਹ ਸਭ ਕੁਝ ਵਾਪਸ ਲੈਣਾ ਸਵਾਲ ਖੜ੍ਹੇ ਕਰ ਗਿਆ ਸੀ। ਉਹਨਾਂ ਸਵਾਲਾਂ ਦੇ ਉੱਤਰਾਂ ਤੋਂ ਬਚਣ ਦੇ ਲਈ ਕੁਝ ਵਕਤ ਉਹ ਲੁਕ ਕੇ ਰਹੇ, ਜਾਂ ਕਹਿ ਲਓ ਛੁਪ ਕੇ ਰਹੇ, ਜਾਂ ਕਹਿ ਲਓ ਮੀਡੀਆ ਤੋਂ ਦੂਰ ਰਹੇ, ਜਾਂ ਕਹਿ ਲਓ ਮੁੱਦਿਆਂ ਤੋਂ ਦੂਰ ਰਹੇ ਜੀ। ਲੁਕਣ ਛਿਪਣ ਦਾ ਮਤਲਬ ਡਰ ਨਹੀਂ, ਲੁਕਣ ਛਿਪਣ ਦਾ ਮਤਲਬ ਪੰਜਾਬ ਤੋਂ ਬਾਹਰ ਜਾਣਾ ਨਹੀਂ, ਇਹਦੇ ਗਲਤ ਮਤਲਬ ਨਾ ਲਏ ਜਾਣ। ਇਸ ਤੋਂ ਅੱਗੇ ਆਓ, ਦਾਦੂਵਾਲ ਸਾਹਿਬ ਜਦੋਂ ਇਸ ਮੋਰਚੇ 'ਤੇ ਆਉਂਦੇ ਤਾਂ ਸਵਾਲ ਉਹਨਾਂ ਨੂੰ ਵੀ ਤਿੱਖੇ ਕੀਤੇ ਜਾਂਦੇ ਆ, ਉਹ ਵੀ ਇਹਨਾਂ ਸਵਾਲਾਂ ਤੋਂ ਸਾਈਡ ਕੱਟਦੇ ਹੋਏ ਨਿਕਲ ਜਾਂਦੇ ਆ।
जो आ सब कुछ वेखते हैं ना तो फिर तुम भूमिका भी देखो कि भूमिका किस तरीके की रहेगी जी। मैं स्पष्ट रूप में कह संत जरनैल भिंडरांवाले जदों इस धरती तो कूच कर गए रहे उस तो बाद एक वड्डी स्पेस है जिहड़ी लीडरशिप दे विच खाली है। SGPC उस तरीके की पैरवाई नहीं कर सकी जी। वक्रिया वक्रिया जिहड़िया तिरां वख होईयां समय समय उत्ते वह भी उस तरीके का रोल अदा नहीं कर सकियां। निहंग जथेबंदियां दा असीं सत्कार करते हैं पर वह भी कोई बहुत ही पुख्ता रोल जिहड़ा अदा नहीं कर सकियां। अज जिहड़ा इकट्ठ दूहरे रूप में होया है एक बैबल कला है एक मोहाली है वह सीधी सीधी इस गल की गवाही भरता है कि लीडरशिप की स्पेस कद्दावार लीडर भरन के लिए हले भी खाली पई है जी। बिल्कुल सुखपाल सिंह खहरा अजो बैबल कला पहुंचे ने बैबल कला में अपनी गल रख रहे हैं। कुछ लीडरशिप जी हैगी है वह सीधे या असिधे रूप में मोहाली के सपोर्ट कर रही है। कुछ गायक जोड़े है वह मोहाली सपोर्ट कर रहे हैं ते कुछ गायक जो उत्थे जाते हैं तो उत्थे गाली गलोच का सामना भी करना पैंदा है। ये सब कुछ दसदा है कि संचालक कमेटी नूं मूहरे लगे हुए लोगों नूं पक्के पैरी तुरना पऊगा जेकर असी इस मोर्चे नूं किसी सिटे तिकर लैके जाणा। ये जिहड़ा टकराव होया जी इस सब दे विच पंजाब सरकार अपना की रोल जिहड़ा सीगा निभा सकदी सी जां निभा सकदी है? देखो पंजाब सरकार की जेकर असी गल करिए ना समय समय के उत्ते पंजाब सरकार जो भी बंदी सिंघां वाला मसला हुंदा है तो एक चिट्ठी केंद्र नूं जरूर लिखती है जी एक बयान जरूर जारी करती है कि असी इस तरीके दे नाल बंदी सिंघां की रिहाई चाहते हैं। SGPC भी इहदे उत्ते बयान जारी करती है चिट्ठी लिखती है लिस्ट मंगण उत्ते लिस्ट की गलबात भी हुंदी है जी। पर इत्थे पंजाब सरकार का रोल एक बारी सवालों के घेरे में है। जिस तरीके का पथराव होंदा है वो व्यक्ति कोई गवर्नर हाउस वाली नहीं जा रहे सी वो साड़ी सिख संगत किसी केंद्र की लीडरशिप नूं घेरन नहीं जा रही सी वो अपनी गल कित्थे रखन जा रहे सी CM हाउस दे विच रखन जा रहे सी वो पंजाब दे मुख्यमंत्री की सपोर्ट की गल करन जा रहे सी जी। वो चाहते सी कि पंजाब सरकार पंजाब दे इन्हां मसलियां नूं चक्के विचारे साडा साथ देवे साडे नाल खड़े पर एक भी बयान ना आना जी एक भी चिट्ठी एक भी सवाल केंद्र नूं ना पुछना इस धरने दे विच किसी भी वड्डे लीडर का कद्दावार लीडर का ना आना बैबल कलां दे विच उन्हां दा आना वादे करना ते वादियां नूं ना निभाउणा। अपने एक MLA कुमर विजय प्रताप नूं विधानसभा विच वक्त ना देना कमेटी दे इस्तीफे नूं अणगौलियां कर देना ते नाल दी नाल बैबल कलां विच जिस तरीके दे नाल बठिंडा तो अमृतसर वाला एक हाईवे बनदा है उहदे उत्ते भी कोई हले तिकर मूँह पाड़ के गल ना कहना यह दसदा है कि चाहे मुख्यमंत्री साहब कहिंदे ने विखाउंदे भी ने शायद करदे भी होणगे कि असी फ्री हैंड काम कर रहे हैं साढ़े उत्ते दिल्ली का कोई दबा नहीं जी। जे दिल्ली का कोई दबा नहीं दिल्ली तो कोई फरमान की लोड़ नहीं एक तो बाद दूजी कोठी दे विच किसे नूं जान की जरूरत नहीं तो फिर तुसी इहदे उत्ते अपनी गल क्यों नहीं रख रहे? किसान जथेबंदियां भी तुहाडे कोले आउंदियां रहियां जी सिख जथेबंदियां भी आ रहियां ने पर जो कुछ भी आउंदा है वह लेट लतीफ आउंदा है। जीरा फैक्टरी दे विच भी जो थोड़ा फैसला आया बड़ी खज्जल खुआरी तो बाद सिर्फ ते सिर्फ जबानी आया हजे वह कलामी नहीं आया कलम नाल नहीं आया जी। ये जो वेखते हैं ना तो उदो जापदा कि जेकर पंजाब सरकार उत्थे बनदा रोल निभाउंदी सिख संगत नूं अपील करदी कि ताडे दुख सुख सुन दे लई असी आ रहे हैं भाई तुसी इत्थे ना आओ क्योंकि बंदी सिंघां दा जिन्ना दुख दर्द तुहानूं आ उसे तरीके दे वह भैण भरा साडे आ वह सानू भी आ जी। पर चुप ही रहना कन्न ते जूं ना सकनी ये दसदा है कि पंजाब सरकार हाले दिल्ली तो किसी ऑर्डर की अड़ीक च जी। तुसी ना गल की जी नरम दलों की गर्म दलों की कितने भी कोई मोर्चा लगता या आम आजादी के जोड़े मोर्चे लगे वो कुछ दल जोड़े होंगे नरम होंगे कुछ गर्म होंगे इतने बरतांत की सरजा जा रहा जी?
देखो जो इतने देखते हैं ना तो तुसी थोड़ा जा पिछे जाके वेखो जो गुरद्वारा प्रबंधक कमेटी बनती है जी। उस तो पहला अकाली मोर्चे लगते हैं जिदे विचों श्रोमणी अकाली दल पार्टी भी निकलती है 1920 एस जी पी सी कमेटी भी निकलती है। उस वक्त भी गुरसेवक दो तरीके की सोच वाले लोग सीगे। एक वह सी जिहड़े कहिंदे सी असीं शांति दे नाल अगे वधना है जी, महंता नूं शांति दे नाल गुरु घरां विचों बाहर करना है, इन्हां दा प्रबंध इन्हां दी सेवा असीं अपने हत्थां विच शांतमई तरीके दे नाल लैणी है। एक वह पक्ष सी जिहड़े गर्म सी जी, वह की चाह रहे सी, वह चाहुंदे सी कि नहीं साडे तों तुहाडे ते हुंदा तशद्दुद नहीं वेख्या जांदा, असीं अपनी गल है जिहड़ी वह हथियार नाल रखांगे, जथेबंदक ढांचे दे नाल रखांगे, असीं हिंसक कोशिशां दे नाल उह रखांगे। उहदे विचों बबर अकाली दल निकलदा जी, डेढ़ साल दो साल वह सरगर्म रहिंदा, उहदी जिहड़ी एक खेतर है वह दबाबा ही रहिंदा है। पर एक खूबसूरत गल यह है कि उन्होंने कदे भी जिहड़ा विरोध है ना वह अपने शांतमई सिख संगत का नहीं किया जी। वह कहिंदे सी कि तुहाडे उत्ते जो कुछ हो रहा साडे तो वह नहीं जरिया जा रहा। पर इत्थे इत्थे जिहड़े गर्म दल वाले ने ना जिहड़े कामरेटां दा विरोध कर रहे ने, जिहड़े शांतमई तरीके नूं सही नहीं मनदे ते अपने राह नूं सही मनदे ने, वह डरू दा खिताब दे रहे ने। वह शांतमई लोकां नूं उकसा रहे ने जी, उन्हां ते सवाल खड़ा कर रहे ने। इहनूं हुण असीं किहड़े एंगल तों वेखीए, इस नैरेटिव नूं किवें वेखीए कि कुछ ये वो लोग ने जेड़े उस तरीके की समझ की कमी न जूझ रहे हैं, जां फिर किसी की जिन्हों असीं पंजाबी च कहने कि भिट्टी पढ़ाई वाले हिसाब से चल रहे हैं, जां फिर उन्होंने यही राह सही लगता है। असीं किसी ते कोई सवाल नहीं खड़ा करते, असीं एक एंगल दस रहे हैं जी कि वह इस तरीके दे नाल भी हो सकते हैं। हुण जिहड़ा पथराव होया उस पथराव विच भी तां गल आई है ना कि ये एजेंसियां दे बंदे सी जी, ये प्री प्लैन होया, ये झपट कोई इतफाकन नहीं, ये किसी छोटे झगड़े चो नहीं निकली, सानू बैरीगेट उतों खिंच के यूटी चो खिंच के मोहाली लियाउण दे लई मजबूर किया गया जी। पानी दियां बछाड़ां साढ़े जिहड़ियां सिटियां वह तां सिटियां असीं अगे तो यूटी च इंटर ना कर सकीए। हुण इस गल नूं जदों असीं वेखदे हां ना तां एक सवाल यह है कि मोर्चा आप ही दो प्लेटफॉर्म उत्ते खड़ा है जी। एक प्लेटफॉर्म कहिंदा कि शांति नाल अगे वधना है, दूसरा प्लेटफॉर्म यह नहीं कहता कि असी गर्मी के अगे वधना है, वो कहता कि शांति नू कट के फिर गर्मी अगे वधना है। ये एक सवाल है, ये नैरेटिव जिहड़ा हैगा वह मोर्चे नू ढा हमेशा ही लाउंदा है। तो जे माफी मंग के कहना जे इदा की ढा लग गई पंजाब विच थोड़ी जी चेतना आई है, जिहड़ा संघर्ष आया है वह किते ना किते सोचण दे लई मजबूर होगा, हौसले एक बारी फिर पस्त हो सकते ने जे ढा लग गई जी। ये ये नहीं कि यह मोर्चा सिर्फ तो सिर्फ बंदी सिंह का भविख तय करूगा, यह मोर्चा पंजाब के अगले मोर्चा का भविख भी तय करूगा। फूक फूक के कदम रखने की लोड़ है, बिल्कुल जी, हक मंगना साडा अधिकार है, तो सानू डट के मंगने चाहिए, पर सानू नाल दी नाल यह भी ख्याल रखना पऊ कि पंजाब दे विच कोई अजिहे हालात ना बन जाए भी सानू अणसुखावीं घटनावां सुननिया पैन, पढ़निया पैन या देखनिया पैन। खैर वक्त हो गया जी, इजाजत लैन का तुसीं समां दित्ता, अपने विचार सांझे कीते, तुहाडा बहुत बहुत धन्नवाद जी, शुक्रिया। तुसीं देख रहे सी जी विरासत टीवी उपर साडा खास प्रोग्राम दृष्टिकोण। तुहानूं साडा इह प्रोग्राम किवें लग्गिया तुसीं अपने फीडबैक सानूं कमेंटां जरिए, ईमेल्स या फोन कॉल्स जरिए भी दे सकदे हो। जाण तों पहलां इक बेनती होर है जी, जेकर तुसीं साडा इह प्रोग्राम फेसबुक या यूट्यूब दे उपर वेख रहे हो, अगर चंगा लग्गिया होवे तां अपने सज्जणां मित्रां दोस्तां दे नाल सांझा जरूर करना, इस नाल साडे चैनल नूं अप होण दे विच इक मदद मिलदी है। कल फिर हाजिर होवांगे जी किसी मुद्दे मसले या खबर दे नाल, उदों तक लई मैनूं गुरसेवक नूं दिओ आग्या, धन्नवाद।